ਹੋਵੇ, ਨੀਂਦ ਇਹਨੂੰ ਕਾਫੀ ਚੜੀ ਹੋ ਗਈ, ਇਸ ਕਰਕੇ ਗੱਡੀ ਲੱਗਿਆ ਹੋ। ਖੰਬਿਆਂ ਦੇ ਵਿੱਚ ਵੱਜ ਕੇ ਚਕਨਾਚੂਰ ਹੋਏ ਟਰੱਕ ਦੀਆਂ ਇਹ ਤਸਵੀਰਾਂ ਸਮਰਾਲਾ ਤੋਂ ਸਾਹਮਣੇ ਆਈਆਂ ਨੇ। ਦੱਸਦੀ ਕਿ ਅੱਜ ਸਮਰਾਲਾ ਦੇ ਵਿੱਚ ਤੜਕਸਾਰ ਹੀ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਮੱਛੀਵਾੜਾ ਸਾਹਿਬ ਤੋਂ ਇੱਕ ਸਕਰੈਪ ਨਾਲ ਭਰਿਆ ਹੋਇਆ ਟਰੱਕ ਆ ਰਿਹਾ ਸੀ। ਸਮਰਾਲਾ ਦੇ ਵਿੱਚ ਸਿਵਲ ਹਸਪਤਾਲ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਹੈ, ਜਿਸ ਦੇ ਵਿੱਚ ਡਰਾਈਵਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਇਹ ਟਰੱਕ ਪਹਿਲਾਂ ਖੰਬੇ ਦੇ ਵਿੱਚ ਵੱਜਿਆ, ਇਸ ਤੋਂ ਬਾਅਦ ਸਿੱਧਾ ਇੱਕ ਦੁਕਾਨ ਵਿੱਚ ਜਾ ਵੜਿਆ। ਇਸ ਹਾਦਸੇ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਪੁਲਿਸ ਮੁਲਾਜ਼ਮ ASI ਨੇ ਦੱਸਿਆ ਕਿ ਮੌਕੇ ਦੇ ਉੱਤੇ ਹੀ ਡਰਾਈਵਰ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਸ਼ਾਇਦ ਡਰਾਈਵਰ ਦੀ ਅੱਖ ਲੱਗ ਗਈ ਸੀ, ਯਾਨੀ ਕਿ ਉਸਨੂੰ ਨੀਂਦ ਆ ਗਈ ਸੀ, ਉਸ ਤੋਂ ਬਾਅਦ ਹੀ ਇਹ ਵੱਡਾ ਹਾਦਸਾ ਵਾਪਰਿਆ। ਉਹਨਾਂ ਦੱਸਿਆ ਕਿ ਲੋਕਾਂ ਦੇ ਦੱਸਣ ਮੁਤਾਬਿਕ ਇਹ ਹਾਦਸਾ ਕਰੀਬ 3 ਵਜੇ ਸਵੇਰੇ ਵਾਪਰਿਆ। ਹਾਈ ਵੋਲਟੇਜ ਬਿਜਲੀ ਦੇ ਖੰਭੇ ਟੁੱਟਣ ਦੇ ਨਾਲ ਇਲਾਕੇ ਦੇ ਵਿੱਚ ਬਿਜਲੀ ਦੀ ਸਪਲਾਈ ਬੰਦ ਹੋ ਗਈ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਇਸ ਹਾਦਸੇ ਦੇ ਬਾਰੇ ਪਤਾ ਲੱਗਿਆ। ਹਾਈ ਪਾਪਾ ਜੀ, ਇੱਕ ਐਕਸੀਡੈਂਟ ਹੋਇਆ, ਕੀ ਮਾਮਲਾ? ਇਹ ਐਕਸੀਡੈਂਟ ਇਹਨਾਂ ਤੜਕੇ 3 AM ਤੇ ਹੋਇਆ ਐਕਸੀਡੈਂਟ। ਗੱਡੀ ਹੈ ਧਾਰੀਵਾਲ ਗੁਰਦਾਸਪੁਰ ਤੋਂ, ਸਕਰੈਪ ਲੱਗੀ ਹੋਈ ਵਿੱਚ ਲੋਹਾ, ਅਤੇ ਇੱਥੇ ਹਸਪਤਾਲ ਸਮਰਾਲੇ ਸਾਹਮਣੇ ਬਿਲਕੁਲ। ਅਤੇ ਜਦ ਤਾਂ ਡਰਾਈਵਰ ਦੀ ਨੀਂਦ ਨੂੰ ਆ ਗਈ ਅਤੇ ਗੱਡੀ ਖੰਭੇ 'ਚ ਵੱਜੀ, ਪਹਿਲਾਂ ਕਿ ਬਿਜਲੀ ਖੰਭੇ 'ਚ ਖੰਭਾ ਪੜਤਾ, ਅਤੇ ਮੁੜ ਕੇ ਉੱਪਰ ਹਾਈ ਵੋਲਟ ਤਾਰਾਂ ਹੈਗੀਆਂ ਸੀ, ਤਾਰਾਂ ਵੀ ਲੱਗ ਗਈਆਂ ਕਿ ਸਕਰੈਪ ਤਾਂ ਲੱਗੀ ਹੈ। ਮੁੜ ਕੇ ਗੱਡੀ ਫਿਰ ਦੁਕਾਨ 'ਚ ਮਤਲਬ ਪੜਕੀ, ਜਿਹੜਾ ਗੱਡੀ ਦਾ ਡਰਾਈਵਰ ਇੱਕ ਹੀ ਇਕੱਲਾ ਵਿੱਚ ਸੀ, ਰਾਣਾ ਨੌਂ ਹੈ, ਅਤੇ ਮੌਕੇ 'ਤੇ ਜਿਹਦੀ ਮੌਤ ਹੋ ਗਈ। ਅਤੇ ਫਿਰ ਬਾਕੀ ਅਸੀਂ ਬਿਜਲੀ ਬੋਰਡ ਵਾਲੇ ਬੁਲਾ ਕੇ ਤਾਰਾਂ ਤੂਰਾਂ ਸਾਰੀਆਂ ਬਣਾਈਆਂ, ਤਾਂ ਦੇਖਿਆ ਬੰਦਾ ਤਾਂ ਮੌਕੇ 'ਤੇ ਮੌਤ ਹੋ ਚੁੱਕੀ ਹੈ। ਬਾਕੀ ਹੈ ਗੱਡੀ ਫਸੀ ਬਹੁਤ, ਇੱਕ ਕਰੇਨ ਦਾ ਅਰੇਂਜਮੈਂਟ ਕਰ ਲਿਆ ਸੀ ਅਸੀਂ, ਵੀ ਕਰੇਨ ਨਾ ਨਿਕਲੀ ਨਹੀਂ, ਹੁਣ ਹੋਰ ਕਰੇਨ ਮੰਗਵਾਈ ਹੈ, ਇਸ ਕਰਕੇ ਗੱਡੀ ਕੱਢ ਦੇ। ਜਿਹੜੀ ਡੈੱਡ ਬੋਡੀ ਹੈ ਉਹ ਗੱਡੀ ਦੇ ਵਿੱਚ ਹੀ ਹੈ ਜੀ ਹਜੇ? ਹਾਂ ਵਿੱਚ ਹੀ ਹੈ ਜੀ ਹਲੇ। ਗੱਡੀ ਫਸੀ ਵੀ ਬਹੁਤ ਖੁਸ਼ੀ ਹੈ ਨਾ, ਇੱਕ ਨਾਲੇ 'ਚ ਫਸ ਗਈ, ਇੱਕ ਦੁਕਾਨ ਦੇ ਵਿੱਚ ਫਸ ਗਈ ਜਾ ਕੇ, ਅਤੇ ਉਹਦੇ ਕਰਕੇ ਇੱਕ ਕਰੇਨ ਨਾਲ ਖਿੱਚਣੀ ਹੋਈ ਵਿੱਚ, ਹੁਣ ਕਰੇਨ ਹੋਰ ਮੰਗਵਾਈ ਹੈ, ਤਾਂ ਹੁਣ ਕੱਢਾਂਗੇ ਵਿੱਚ। ਕਿੰਨੇ ਕੁ ਵਜੇ ਹੋਏ ਐਕਸੀਡੈਂਟ? ਇਹ 3 AM 'ਤੇ, ਸਵੇਰੇ 3 AM 'ਤੇ। ਅਤੇ ਹੋਰ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ? ਨਹੀਂ ਨਹੀਂ, ਬਸ ਇਕੱਲੇ ਡਰਾਈਵਰ ਹੀ, ਬਸ ਜੀ ਦੀ ਔਨ ਦੀ ਸਪੋਰਟ ਮੌਤ ਹੋ ਗਈ, ਇੱਕੇ ਡਰਾਈਵਰ ਸੀ ਗੱਡੀ ਬਸ। ਦੱਸਿਆ ਜਾ ਰਿਹਾ ਕਿ ਇਹ ਟਰੱਕ ਸਕਰੈਪ ਦੇ ਨਾਲ ਪੂਰਾ ਭਰਿਆ ਹੋਇਆ ਸੀ, ਮਾਛੀਵਾੜਾ ਸਾਹਿਬ ਦੇ ਵੱਲੋਂ ਆ ਰਿਹਾ ਸੀ, ਅਤੇ ਸਮਰਾਲਾ ਹਸਪਤਾਲ ਦੇ ਸਾਹਮਣੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਅਤੇ ਮੌਕੇ ਦੇ ਉੱਤੇ ਹੀ ਟਰੱਕ ਡਰਾਈਵਰ ਦੀ ਮੌਤ ਹੋ ਗਈ। ਸਮਰਾਲਾ ਤੋਂ ਲਖਵਿੰਦਰ ਸਿੰਘ ਕਤਰੀ, ਪੰਜਾਬੀ ਲੁੱਕ ਚੈਨਲ।